ताया बीमार से ओदे लई फ्रूट लै के ओ रेड़ी ते ला लिया वा तुसी भाजी नूं अंबा वाला समझण दे मैं बहुत माड़ा मस्कीन रेड़ी वाला ओ वेख तैयबपुर दुकान उड्डिया जाण दिया ने कोंब लै गया ओ वे अपने तौर ते लाए आ किसी का मोहताज नहीं आ तू आ गया ही हाँ। वे कल्याण पाउन आ गई जी आ गए जी अंब 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 मैंगो 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 आम 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 अंबू 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 पुछो ये अंब लाए ने ये अंब वैसे को सुट गया इत चले चल अपनी रेड़ी ला जा चल मेरा वीर चल मेरा पुत्र कदे को तड़को अंब लैके नहीं गया फिटा मूह ला तीन लूंगर लाए थे किन्ना सौदा लै गया लूंगर अंब अंबा दे नहीं होंदे होर कदे होंदे अंब साजी तुसी इधर हो जाओ ताडी वेख लो कोई नहीं वड़दा ताडा मुंह वेख के इंज लगदा जिवें रक्षा भरिया खलोता रेड़ी अगे अंब ਤੁਹਾਡੀ ਮਿਹਰਬਾਨੀ ਤੁਸੀਂ ਪਿਛਾ ਰਿਹਾ ਕਰੋ ਉਹ ਯਾਰ ਇਹ ਆਪਸ ਦੀ ਗੱਲ ਆ ਹਾਂ ਨਾਲ ਦੇ ਅੰਬ ਮਿੱਠੇ ਆ ਸਾਡੇ ਵੀ ਮਿੱਠੇ ਰੌਲਾ ਨਹੀਂ ਪਈਦਾ ਹੁੰਦਾ ਉਹ ਟੀਕੇ ਲਾਉਂਦੇ ਆ ਵਿੱਚ ਤੈਨੂੰ ਪਤਾ ਸ਼ੀਰੇ ਵਾਲੇ ਅੱਛਾ ਉਹ ਤੂੰ ਅੰਬਾਂ ਦਾ ਹੀ ਗਈ ਜਾਣਦੇ ਆ ਨਾਲ ਉਹਨਾਂ ਦਾ ਵੀ ਗਿਆ ਆ ਜਿਹੜੇ ਹੈਗੇ ਆ ਆਲੂ ਛੋਲੇ ਆਲੂ ਛੋਲੇ ਯਾਰ ਆਲੂ ਛੋਲੇ ਕਿ ਸਕੂਲ ਦੇ ਅੱਗੇ ਖੜਾ ਦੋ ਆਲੂ ਛੋਲੇ ਫਰੂਟ ਲੈ ਚਲੋ ਮੇਰੇ ਘਰ ਵੀ ਮਤਰਫਰ ਕਰਨ ਦੇ ਜਾਓ ਚਲ ਜਾਓ ਆਲੂ ਬੁਖਾਰੇ ਆ ਆਲੂ ਛੋਲੇ ਓਏ ਆਲੂ ਬੁਖਾਰੇ ਆ ਸਿੱਧਾ ਕਹਿ ਆਲੂ ਬੁਖਾਰਾ ਆਲੂ ਤੇਰਾ ਮੇਰਾ ਮੁੱਕਾ ਚਾਲੂ ਆਂਗੇ ਸਹੀ ਆ ਫਿਰ ਉਧਰ ਤੂੰ ਕਿਲ ਖਲਾਰ ਤਾਂ ਕਿ ਗਾਹ ਕਿਧਰ ਆ ਮਾੜੂ ਲੋ ਮਾੜੂ ਲੋ ਮਾੜੂ ਲੋ ਮਾਰੇ ਓ ਮਾਰੇ ਮਾੜੂ ਲੋ ਆੜੂ ਆ ਆੜੂ ਉਹ ਕੀ ਹੋਇਆ ਤੇਰਾ ਹੀ ਆ ਆਪਣਾ ਖਾ ਹੋਲਾ ਪਤਾ ਨਹੀਂ ਕੀ ਗੱਲ ਮੇਰਾ ਦਿਲ ਜਿਹਾ ਨਹੀਂ ਮੰਨਦਾ ਯਾਰ ਤੇ ਦਿਲ ਨਹੀਂ ਮੰਨਦਾ ਹੈਗਾ ਤੇ ਮੈਂ ਦਿਲ ਨੂੰ ਮਨਾ ਕੇ ਰੱਖ ਜਿੱਡੇ ਕੋ ਅੰਬ ਲੈਣ ਕਿ ਘਰੋਂ ਪੌਣੇ ਚ ਬੰਨ ਲਿਆ ਆਇਆ ਤੂੰ ਆਹੋ ਤੇਰਾ ਤਾਂ ਸਵੇਰੇ ਸ਼ਿਪ ਆਇਆ ਜਾ ਅੰਬਾਂ ਦਾ ਹਨਾ ਹਾਂ ਅੰਬ 150 ਤੋਂ ਘੱਟ ਨਹੀਂ ਦੇਣਾ ਠੀਕ ਹੈ ਉਸਤਾਦ ਠੀਕ ਹੈ 150 ਆ ਹਾਂ ਤੇ ਆ 150 ਹੀ ਠੀਕ ਹੈ ਉਸਤਾਦ ਠੀਕ ਹੈ ਇਹ ਘੱਟ ਨਹੀਂ ਦੇਣਾ ਜਿਹੜਾ ਮਰਜ਼ੀ ਆ ਜਾਏ ਜੋ ਮਰਜ਼ੀ ਹੋ ਜਾਏ ਘੱਟ ਨਹੀਂ ਦੇਣਾ ਅੱਛਾ ਸਵੇਰੇ ਦੋਵੇਂ ਐਦਾਂ ਘਰੋਂ ਨਿਕਲਦੇ 5 ਵਜੇ ਨਹਾ ਧੋ ਕੇ ਜਿਵੇਂ 2 ਪੀਸ ਪਾ ਕੇ ਸੋਹਣੇ ਕੱਪੜੇ ਪਾ ਕੇ ਜਿਵੇਂ ਅੱਲਾ ਮਾਫੀ ਦੇਵੇ ਪਰ ਕੇਡੀਅਰ ਆ ਪਿਲਾਉਣੀ ਤੁਸੀਂ ਰੇੜੀ ਆ ਜਿੰਨੇ ਕ ਤੂੰ ਅੰਬ ਲਾਉਣਾ ਤੂੰ ਵੀ ਘਰੋਂ ਟੁਰਨਾ ਨਾ ਤੇ ਜੇਬਾਂ 'ਚ ਅੰਬ ਪਾ ਕੇ ਟੁਰ ਪੈਣਾ ਤੂੰ ਘਰੋਂ ਆਹੋ ਤੁਹਾਡੇ ਤਾਂ ਮਸਾਲਾ ਹੀ ਅੰਬ ਦੀਆਂ ਬਣੀਆਂ ਆਮ ਕਹ ਜਾਂਦੇ ਅਦਰਕ ਦਾ ਸਵਾਦ ਹੈ ਨਾ ਸਹੀ ਗੱਲ ਆ ਮਸਾਲਾ ਬਣੀਆਂ ਵਾ ਅੰਬਾਂ ਨੂੰ ਅੰਬਾਂ ਦੇ ਰਾਹ ਹੁੰਦੇ ਆ ਹਾਂ ਉਹ ਤੁਹਾਡੇ ਤੇ ਮਸਾਲਾ ਬਣੀਆਂ ਵਾ ਅੰਬ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ ਹੈ ਨਾ ਤੁਹਾਡੇ ਸਿੱਧਾ ਹੀ ਘਰ 'ਚ ਕਹਿੰਦੇ ਅੰਬ ਲੈਣ ਆਇਆ ਤੂੰ ਅੰਬ ਲੈ ਸਾਡੀ ਖੈਰ ਆ ਉਹ ਕੀ ਮਤਲਬ ਤੇਰੇ ਅੰਬਾਂ ਦੇ ਉੱਤੇ ਭੂੰਡ ਬੈਣ ਦੇ ਭਰਾਗਰ ਮੈਂ ਗਾਹਕਾਂ ਨਾਲ ਇੱਕ ਨੰਬਰ ਦਾ ਕੰਮ ਕਰਦਾ ਰਸੀਦ ਕੱਟ ਕੇ ਦਿੰਦਾ ਮੇਰੇ ਕੋਲ ਤੁਹਾਡੇ ਕੋਲ ਦੇਖਣਾ ਹੁਣ ਤੁਸੀਂ ਨਾ ਤੁਹਾਨੂੰ ਲੰਗੜੇ ਦਾ ਪਤਾ ਨਾ ਤੁਹਾਨੂੰ ਚੌਂਸੇ ਦਾ ਪਤਾ ਨਾ ਦਸਹਿਰੀ ਦਾ ਮਿਕਸ ਕਰਕੇ ਲਾਇਆ ਗਾਹਕ ਆਪੇ ਲੱਭੇ ਔਰ ਲੰਗੜੇ ਦਾ ਦੱਸਾਂ ਆਹ ਲੰਗੜਾ ਹੀ ਤੈਨੂੰ ਇੰਜ ਇੰਜ ਕਰਕੇ ਟੁਰੀਦਾ ਵਾ ਇਹਦੇ ਨਾਲ ਐਵੇਂ ਗੱਲਾਂ ਮਾਰਦਾ ਜਿੰਨੇ ਕਿ ਤੂੰ ਅੰਬ ਲਈ ਫਿਰਨ ਡਿਆ ਨਾ ਇਹ ਜਾਂਦਿਆ ਜਦੋਂ ਕਹਿੰਦੇ ਨਾ ਆ ਪਿੱਛੇ ਸੁੱਟਦੇ ਹੀ ਅੰਬ ਇਹ ਇੰਨੇ ਕੰਬ ਤੂੰ ਲਈ ਫਿਰਨ ਡਿਆ ਆਹ ਲੰਗੜਾ ਹੀ ਆ ਵਾ ਆਪਾਂ ਆ ਜਾਓ ਇਹਦਾ ਨਾਂ ਸੋਟੀ ਭਈ ਆ ਇਸ ਤਰ੍ਹਾਂ ਲਾਇਆ ਅੰਬ ਭਈ ਹਾਂ ਅੰਬ ਕਿਸ ਤਰ੍ਹਾਂ ਇਹ ਗਾਹਕ ਹੈ ਗਾਹਕ ਰਹਿਮਤ ਹੁੰਦੀ ਆ दसहरी पई है ਓਏ ਫੈਮਿਲੀ ਤੱਕ ਜਾਣ ਦੇ ਆ ਯਾਰ ਓਏ ਹੈਲੋ ਤੇਰੀ ਮੈਂ ਫੜ ਤਰਾ ਮਾਰ ਤੁਰੀ ਤਰਾ ਉਹ ਮੈਂ ਪੁੱਛਿਆ ਦਸਹਿਰੀ ਪਈ ਆ ਅੱਛਾ ਓਏ ਉਹ ਦਸਹਿਰੀ ਦੀ ਉਹ ਦਸਹਿਰੀ ਪਈ ਆ ਉਹ ਗਦਾਮ ਚ ਪਈ ਆ ਯਾਰ ਉੱਤੇ ਰੱਖੀ ਅਸੀਂ ਯਾਰ ਮੈਂ ਕਹਿ ਰਿਹਾ ਵੀ ਇੱਥੇ ਇੱਕ ਨਹੀਂ ਪਈ ਤੁਹਾਡੇ ਕੋਲ ਇਸ ਟਾਈਮ ਗੱਲ ਸੁਣ ਲੈ ਇੱਜ਼ਤ ਆਪਣੀ ਜਗ੍ਹਾ ਸਾਰਾ ਕੁਝ ਆਪਣੀ ਜਗ੍ਹਾ ਲੇਕਿਨ ਹਾਂ
ਫੈਮਿਲੀ ਫੈਮਿਲੀ ਦੇ ਨਹੀਂ ਉਹ ਫੈਮਿਲੀ ਦੀ ਗੱਲ ਕਰਨ ਡਿਆ ਉਧਰੋਂ ਦੀ ਆ ਕੇ ਭਾਜੀ ਗੱਲ ਕਰੋ ਚੱਲ ਲੰਗੜਾ ਪਿਆ ਧੜਕੋ ਲੰਗੜਾ ਪਿਆ ਹਾਂ ਲੰਗੜਾ ਭਾਜੀ ਉਹ ਵੇਖ ਕੀ ਗੱਲ ਤੂੰ ਪੱਟੀਆਂ ਕਰਾਂ ਫੈਮਿਲੀ ਫੈਮਿਲੀ ਤੱਕ ਜਾਣ ਡਿਆ ਤਾਏ ਤੇਰਾ ਲੰਗੜਾ ਉਹ ਦੀ ਗੱਲ ਕਰੀ ਓ ਨਹੀਂ ਮੇਰੇ ਤਾਏ ਦੀ ਗੱਲ ਕਰਨ ਡਿਆਗਾ ਇੱਕ ਸੈਕਿੰਡ ਯਾਰ ਕੀ ਲੈਣਾ ਤੂੰ ਲੰਗੜਾ ਅੰਬ ਪਿਆ ਮੇਰੇ ਕੋਲ ਲੰਗੜਾ ਵੀ ਪਿਆ ਮੇਰੇ ਕੋਲ ਲੂਲਾ ਵੀ ਪਿਆ ਮੇਰੇ ਕੋਲ ਸਾਰੇ ਪਏ ਆ ਵੇਖ ਲੈ ਇਹਨਾਂ ਦੇ ਆਪ ਸਵੇਰ ਦੇ ਉੱਦੇ ਲੈ ਕੇ ਬੈਠੇ ਨੇ ਇਹਨੇ ਸ਼ੁਕਰੇ ਬੰਦੇ ਮੈਂ ਪਹਿਲੇ ਹੀ ਪੋਲੇ ਕਰਕੇ ਰੱਖੇ ਆ ਜਾ ਹਾਂ ਇਹਦੇ ਕੋਲ ਲੰਗੜਾ ਵੀ ਪਿਆ ਲੂਲਾ ਵੀ ਪਿਆ ਇਹਦਾ ਭਰਾ ਖੰਡਾ ਵੀ ਪਿਆ ਉਹ ਵੀ ਲੈ ਜੀ ਮੇਰੇ ਅੰਬ ਸਾਰੇ ਐਕਸੀਡੈਂਟ ਵਾਲੇ ਆ ਨਾ ਬੰਬ ਧਮਾਕੇ ਚੋਂ ਬਚੇ ਆ ਉਹ ਬੇਟੇ ਤੇਰੇ ਅੰਬ ਤੇ ਉਹ ਅੰਬ ਨੇ ਜਿਹੜਾ ਕਹਿੰਦੇ ਆ ਘਰੋਂ ਆ ਫੜੀ ਜਾਈ ਓਏ ਆਪਣੇ ਤੁਸੀਂ ਗੁੱਤ ਕਲਿਆਣ ਪਾ ਲਈ ਆ ਮੇਰੀ ਤਾਂ ਸੁਣ ਲਓ ਦੱਸੋ ਭਾਜੀ ਦੱਸੋ ਤੁਸੀਂ ਰੇੜੀ ਲਾਈ ਤੇ ਆਪਸ ਵਿੱਚ ਜੰਗ ਕਰਨ ਲੱਗ ਯਾਰ ਤੂੰ ਦੱਸ ਯਾਰ ਤੂੰ ਗੱਲ ਕਰ ਕੀ ਬਦਲਾ ਆ ਕੀ ਕਿਲੋ ਦੇ ਰਹੇ ਆ ਕੌਣ ਉਹ ਤੁਸੀਂ ਅੰਬ ਨਹੀਂ ਲਾਏ ਕੀ ਕਿਲੋ ਵੀ ਕਿਲੋ ਦੇ ਦੇ ਰਹੇ ਆ ਕਿਲੋ ਦੇ ਹਿਸਾਬ ਨਾਲ ਦੇਣਾ ਕੀ ਕਿਲੋ ਦੇ ਕਰਨ ਵਾਲੀ ਅਸੀਂ ਇੰਨੇ ਲਾਏ ਆ ਕਿਲੋ ਹੀ ਲੈਣਾ ਆ ਆਲੂ ਬੁਖਾਰਾ ਕਿੱਦਾਂ ਦੇ ਰਹੇ ਭਾਜੀ ਆਲੂ ਬੁਖਾਰਾ ਜਿਹੜਾ ਨਾ ਉਹ ਭਾਜੀ ਉਹ ਡੱਬੇ ਦੇ ਵਿੱਚ ਬੰਦ ਕਰਕੇ ਅਸੀਂ ਦਿੰਨੇ ਚਾਪਰ ਡਬਲ ਕਰ ਦੀਦਾ ਤਾਂ ਕਿ ਦੇ ਦੇਣਾ ਕੀ ਕਿਲੋ ਸਹੀ ਸੀ ਦੱਸੋ ਯਾਰ ਭਾਜੀ ਕਹਿੰਦੇ 150 ਤੋਂ ਘੱਟ ਨਹੀਂ ਲੈਣਾ 150 ਕਰ ਪੈ ਨਹੀਂ ਲੈਣੇ ਉਹ ਵਾਰੇ ਹੀ ਨਹੀਂ ਖਾਂਦਾ ਤੇ 250 ਨਹੀਂ ਠੀਕ ਨਹੀਂ ਭਾਈ ਵਾਰੇ ਨਹੀਂ 150 ਲੈਣਾ ਆਪੇ ਆਪੇ ਉਹਦੀ ਕਿਤੇ ਅੰਬ ਦੀ ਤਾਰ ਨੰਗੀ ਹੈ ਮਿੰਟਕ ਬਾਅਦ ਤੈਨੂੰ ਸ਼ਾਟ ਪੈ ਗਈ ਅੰਬ ਤੋਂ ਉਹਨੂੰ ਅੰਬ ਲੜ ਗਿਆ ਕਿਤੇ ਖਰੇ ਕਸਮੇ ਉਹਨੂੰ ਪੁੱਛੋ ਤੇ ਸਹੀ ਕੀ ਗੱਲ ਹੈ ਤੈਨੂੰ ਆ ਇੰਨੇ ਕੰਬਾਂ ਤੇ ਮਾਣ ਨਹੀਂ ਕਰੀਦਾ ਨਾ ਕਰ ਮਾਣ ਇਹਨਾਂ ਅੰਬਾਂ ਦਾ ਹਾਂ ਰੱਬ ਬੇ ਅੰਬਾ ਕਰ ਮਾਰਦਾ ਈ ਭਾਜੀ ਲੰਗੜਾ ਹੈ ਭਾਜੀ ਲੰਗੜਾ ਕੋਈ ਨਹੀਂ ਸਾਡੇ ਕੋਲ ਪੈਰਾਲਾਈਜ਼ ਆ ਇਹ ਸਾਡੇ ਕੋਲ ਅਬਨਾਰਮਲ ਵੀ ਆ ਅਬਨਾਰਮਲ ਹਰ ਕਿਸਮ ਦਾ ਅੰਬ ਭਾਈ ਅੱਛਾ ਮੇਰੇ ਦੱਸੋ ਵੀ ਕੰਡਾ ਤੇ ਤੁਹਾਡੇ ਕੋਲ ਹੈ ਨਹੀਂ ਤੁਸੀਂ ਕੀ ਇਹ ਗਿਣ ਕੇ ਦਿੰਨੇ ਅੰਬ ਭਾਜੀ ਕੰਡਾ ਆ ਵਾ ਭਾਜੀ ਦੱਸੋ ਜਰਾ ਕਿੰਨੇ ਲੈਣੇ ਕਿੰਨੇ ਆ ਕਿਲੋ 3 ਕਿਲੋ ਲੈਣੇ ਆ 3 ਕਿਲੋ ਕਰ ਦੇ ਓਏ ਇਦਾਂ ਨਹੀਂ ਉਹ ਚਾਹੀਦੇ ਆ ਬਈ ਇਦਾਂ ਬਦਲ ਦੇ ਬੋਲ ਨਾ ਵਜ਼ਨ ਘਟਾ ਵਧਾ ਦੇਣਾ ਤੂੰ ਚੱਲ 3 ਕਿਲੋ ਹੋ ਗਏ ਹਾਂ ਹੈ 3 ਕਿਲੋ 3 ਕਿਲੋ ਇਹ ਜਾਣ ਲੱਗੇ ਤੁਸੀਂ ਘਰ ਹੀ ਲੈ ਜਾਓ ਇਹ 3 ਕਿਲੋ 1.5 ਕਿਲੋ ਅੰਬ ਨਹੀਂ ਹੋਏ ਤੁਸੀਂ ਮਦ ਕੋ ਲੈ ਲੈਣਾ ਮੈਂ ਕਹਿ ਲੈ ਲੈ ਤੈਨੂੰ ਮੈਂ ਕਹਿਣ ਦੇ ਆ ਤੇਰੇ ਕੋ ਕੰਡਾ ਹੀ ਹੈ ਨਹੀਂ ਮਸ਼ਕ ਟਾਇਆ ਤੂੰ ਕੰਡਾ ਹੈ ਨਹੀਂ ਤੂੰ ਅੰਬ ਖਾ ਤੂੰ ਕੰਡਾ ਲੈ ਕੇ ਜਾਣਾ ਵਾ ਤੂੰ ਰਾਜ਼ੀ ਹੋ ਲੈ ਤੂੰ ਰਾਜ਼ੀ ਹੋ ਲੈ ਤੇ ਲੁੱਟਣ ਦੇ ਆ ਮਦ ਕੋ ਲੈ ਲੈਣਾ ਤੂੰ ਨਹੀਂ ਅੰਬ ਵਾ ਲਾਇਆ ਆ ਤੇ ਮਦ ਕੋ ਲੈ ਲੈਣਾ ਚੱਲ ਠੀਕ ਹੈ ਨਾ ਪਹਿਲਾਂ ਮੈਂ ਵੱਟਾ ਛਾਪ ਉਰੇ ਵੱਟਾ ਡਬਲ ਛਾਪਰ ਕਰਾ ਕੇ ਲੈ ਆ ਜਾ ਆ ਤੂੰ ਕੀ ਕਿਲੋ ਲਾਇਆ ਅੰਬ 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 ਇੰਨੀਆਂ ਬੜਕਾਂ ਮਾਰਨੇ ਤੇਰੇ ਅੰਬ ਦਾ ਪੇਚਾ ਲੱਗਾ ਬਤਾਬਾ ਬੰਕ ਦਮਾ ਵਾਲੇ ਉਹ ਟੈਂਕੀ ਟੈਪ ਇੱਕ ਮਿੰਟ ਇੱਧਰ ਆ ਉਸਤਾਦ ਜੀ ਕੀ ਕਿਲੋ ਲਾਇਆ ਅੰਬ ਐ ਕੇ ਵਿੱਚ ਆਉਂਦਾ ਤੁਸੀਂ ਅੰਬ 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 ਉਹ ਮੈਂ ਛੁਰੀ ਮਾਰ ਕੇ ਤੇਰਾ 4 ਪੀਸ ਕਰ ਦਣੇ ਇੱਧਰ ਆ ਭਾਈ ਤੁਸੀਂ ਇੱਧਰ ਆ ਅੱਛਾ ਓਏ ਆ ਸਹੀ ਆ ਓਏ ਕੀ ਕਿਲੋ ਅੰਬ ਇਹਨਾਂ ਦੀ ਆਵਾਜ਼ ਸਮਝ ਇਹੀ ਕਿ ਫੈਰੰਗ ਹੋਣ ਡਈ ਆ ਆ ਤੋਲ ਯਾਰ ਤੋਲ 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 ਕੀ ਤੇ ਕੱਟ ਕੇ ਲਾਉਣੇ ਤੇ ਫਿਰ ਇਹ ਲੈ ਜਾ ਤੋਲ 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 ਕੋਲਾਂ ਵਾਲੇ ਅੰਬ ਨੇ ਇਹ ਰਹਿਤ ਵੀ ਕਰ ਦੇ ਜੇ ਸਾਰੇ ਲੈ ਗਏ ਮੈਂ ਕੀ ਵੇਚੂਗਾ ਪਿੱਛੋਂ ਯਾਰ ਮੈਨੂੰ ਪਤਾ ਕਿ ਮੈਂ ਸਿਰਫ ਵੇਚਣ ਵਾਸਤੇ ਨਹੀਂ ਬੈਠਾ ਇਹ ਮੈਂ ਕੋਈ 2-4 ਰੱਖਦੀ ਮੈਂ ਆਪ ਵੀ ਖਾਣੇ ਘਰੋਂ ਕੱਢਿਆ ਵਾ ਅੰਬਾਂ ਦੀ ਰੇੜੀ ਤੇ ਉਹਨਾਂ ਬਿਠਾਇਆ ਸਜ਼ਾ ਦੇ ਤੌਰ ਤੇ ਯਾਰ ਜਾ ਕੰਮ ਕਰ ਜਾ ਕੇ ਆਹੀ ਖਾਣ ਵਾਲਾ ਅੰਬਾ ਅੱਛਾ ਆ ਬਿਲਕੁਲ ਖਾਣ ਵਾਲਾ ਵਾ ਆ ਦੇਖਿਓ ਮੈਂ ਸੁੱਟਣਾ ਵਾ ਇਹਨਾਂ ਦੇ ਖਾਣ ਵਾਲਾ ਵਾ ਉਹ ਤਾਂ ਚੱਲ ਪਹੁੰਚ ਉੱਧਰ ਚੱਲ ਚੱਲ ਪਹੁੰਚ ਅੱਛਾ ਮੈਨੂੰ ਇਹ ਦੱਸ ਸਾਰਿਆਂ ਨੇ ਕਿੰਨੇ ਪੈਸੇ ਲੈਣੇ ਉਹ ਭਾਈ ਮੈਨੂੰ ਦੱਸ ਸਾਰਿਆਂ ਨੇ ਕਿੰਨੇ ਪੈਸੇ ਲੈਣੇ ਤੋੜ ਦੇ ਉਹ ਤੂੰ ਅੰਬ ਹੋਸ਼ ਦਵਾਣੇ ਆ ਮੈਂ ਹੋਸ਼ ਦਵਾਣੇ ਤੁਸੀਂ ਕਦੋਂ ਵਿੱਚ ਹੋਸ਼ ਕਦੋਂ ਦਵਾਣੇ ਆ ICU ਚ ਆਹ ਇਹ ਕਸਮਾਂ ਖੁਦਾ ਦੀ ਸਵੇਰ ਤੋਂ ਫਜਰ ਤੋਂ ਲੈ ਕੇ ਰਾਤ 1 ਵਜੇ ਤੱਕ ਇਦਾਂ ਲੇਰਾ ਮਾਰ ਮਾਰ ਚੱਲ ਜਾਂਦੇ ਆ ਕੱਖ ਨਹੀਂ ਵੇਖਦਾ ਤੇਰੇ ਭਰਾ ਦੇ ਦੇਖ ਲਾ ਮਾਸ਼ਾਅੱਲਾ ਉਦਾਂ ਹੀ ਪਏ ਆ ਐ ਛੁਰੀ ਪਰੇ ਕਰ ਲਾ ਮੇਰੀ ਸਾਲਗਿਰਾਹ ਨਾ ਕਰਦੀ ਭਾਜੀ ਘਰ ਪਰੋਣੇ ਆਏ ਸੀ ਉਹ ਲਿਆਂਦਾ ਸੀ ਤਾਇਆ ਬਿਮਾਰ ਸੀ ਉਹਦੇ ਲਈ ਫਰੂਟ ਲੈ ਕੇ ਉਹ ਰੇੜੀ ਤੇ ਲਾ ਲਿਆ ਵਾ ਤੁਸੀਂ ਭਾਜੀ ਨੂੰ ਅੰਬਾਂ ਵਾਲਾ ਸਮਝਣ ਦੇ ਮੈਂ ਬਹੁਤ ਮਾੜਾ ਮਸਕੀਨ ਰੇੜੀ ਵਾਲਾ ਉਹ ਵੇਖ ਤਈਪੁਰ ਦੁਕਾਨ ਉੱਡਿਆ ਜਾਣ ਦੇ ਇਹਨੂੰ ਅੰਬ ਲੈ ਗਿਆ ਉਹ ਵੇ ਅੱਛਾ ਹੁਣ ਤੂੰ ਕਿੰਨੇ ਪੈਸੇ ਲੈਣੇ ਸਾਰਿਆਂ ਦੇ ਤੇਰੇ ਕੋ ਕਿੰਨੇ ਆ ਅੰਬ ਕਿੰਨੇ ਕਾ ਮੈਨੂੰ ਦੱਸ ਅੰਬ ਤਕਰੀਬਨ ਮੇਰੇ ਖਾਲ 2.5 ਮਣ ਅੰਬ ਹੈ 2.5 ਮਣ ਹੈ ਤੇ ਕਿੰਨੇ ਕਿਲੋ ਹੁੰਦੇ 2.5 ਮਣ ਮੇਰੀ ਰੇੜੀ ਡੂੰਗੀ ਆ ਟੋਇਆ ਕੱਢਿਆ ਮੈਂ ਤੋਲ ਦੇ ਸਾਰੇ ਤੋਲ ਕੇ ਸਾਰੇ ਤੋਲ ਦੇ ਤੂੰ ਮੇਰੀ ਮਾਣ ਜਾਂ ਨਾ ਮਾਣ 2.5 ਮਣ ਨਹੀਂ ਹੋ ਹਾਂ ਇਹ ਕਿਤੇ ਕੋ ਵੈਸੇ ਉਹਨਾਂ ਅੰਬ ਨਾ ਰਾਜ ਜਿਹੜੇ ਨੇ ਰਿਕੈਂਡ ਤੇ ਕਹਿੰਦੇ ਆ ਗਲੇ ਗਲੇ ਮੈਨੂੰ ਦੇ ਦੇ ਉਹ ਅੰਬ ਲਾ ਕੇ ਬੈਠਾ ਤੂੰ ਉਹ ਲੈ ਆਗਾ ਤੇਰੇ ਕੋ ਆੜੂ ਹੈਗੇ ਆ ਆੜੂ ਉਹ ਫਲ ਵਾ ਜਿਹਦਾ ਕੋਈ ਫਾਇਦਾ ਨਹੀਂ ਆੜੂ ਨਾਮ ਦਾ ਫਲ ਔਰ ਬੱਚਾ ਘਰ ਨਹੀਂ ਰੱਖੀਦਾ ਆੜੂ ਨਹੀਂ ਖਾਓ ਅੰਬ ਮੰਗੋ ਚੂਪ ਚੱਲ ਇਸ ਤਰ੍ਹਾਂ ਕਰਨਾ ਨਾ ਵੀ ਅੰਬ ਤੇਰੇ ਕੋ ਲੈ ਲੈਨੇ ਆ ਆੜੂ ਉਹਨਾਂ ਕੋ ਲੈ ਲੈਨੇ ਮੇਰੀ ਸੁਣ ਲਾ ਗੱਲ ਆ ਵੇਖੇ ਨਾ ਅੰਬ ਆਪਣੀ ਇਮਾਨਦਾਰੀ ਨਾਲ ਦੱਸ ਆ ਅੰਬ ਵਾ ਆ ਇੰਜ ਲੱਗਣ ਦੇ ਜਿਵੇਂ ਕਿਤੇ ਤਾਏ ਦਾ ਮੂੰਹ ਸੜ ਗਿਆ ਹੁੰਦਾ ਵੇਖ ਤੂੰ ਯਾਰ ਮੇਰੀ ਸੁਣ ਗੱਲ ਅਗਰ ਕੋਈ ਬੰਦਾ ਧੀ ਪੁੱਤ ਮਾੜਾ ਨਿਕਲਾ ਵੇ ਘਰ ਚੋਂ ਉਹਨੂੰ ਘਰੋਂ ਕੱਢ ਦਈਦਾ ਅਗਰ ਇੱਕ ਅੰਬ ਪੇਟੀ ਚੋਂ ਮਾੜਾ ਨਿਕਲਾ ਇਹਨੂੰ ਸੁੱਟ ਦਵਾ ਨਹੀਂ ਇਹ ਤੁਹਾਡੇ ਕੰਮ ਹੋਣਾ ਮੈਂ ਕਿੱਥੇ ਲੈ ਜਾਣਾ ਮੈਂ ਤਾਂ ਪੇਟੀ ਤੇ ਪੇਟੀ ਮਾੜੀ ਹੋਵੇ ਤਾਂ ਫਿਰ ਘਰੋਂ ਕੱਢ ਦੇਣੀ ਚਾਹੀਦੀ ਆ ਯਾਰ ਤੂੰ ਆਪਣੇ ਮਾਲਕ ਨਾਲ ਬਹਿਸ ਕਰ ਮੇਰੇ ਮੂੰਹ ਨਾਲ ਲੱਗੋ ਜੇ ਗਾਹ ਕੱਲਣ ਤੁਹਾਡ੾ੇ ਕੋਲ ਲੱਤ ਤੇ ਗਾਹ ਨਹੀਂ ਭੇਜਦਾ ਉਹ ਤੁਸੀਂ ਨਹੀਂ ਅੰਬ ਵੇਚਣੇ ਮੈਂ ਤਾਂ ਵੇਚਣੇ ਆ ਕੋ ਹਦਾਇਤ ਵਾਲਾ ਅੰਬ ਦਿਖਾ ਫੇ ਜ਼ਰਾ ਹਦਾਇਤ ਵਾਲਾ ਓਏ ਆ ਫੜ ਲੈ ਆਪਣੇ ਆ ਵੀ ਮਾਲ ਆਪਣੇ ਆ ਵੀ
ਤੇਰੇ ਲਈ ਨਹੀਂ ਆ ਉੱਥੋਂ ਹੋਰ ਕੰਮ ਲੈ ਜਿੱਥੋਂ ਤੂੰ ਆੜੂ ਵੀ ਉੱਥੇ ਹੀ ਲੈ ਹੜ ਭਾਜੀ ਦਰਜਣ ਦੇ ਹਿਸਾਬ ਨਾਲ ਆ ਦਰਜਣ ਦੇ ਹਿਸਾਬ ਨਾਲ ਦਰਜਣ ਦੇ ਹਿਸਾਬ ਨਾਲ ਭਾਜੀ ਇਹਨਾਂ ਨੂੰ ਤਾਂ ਹਾਲ ਤੱਕ ਫਲ ਵੇਚਣਾ ਨਹੀਂ ਆਇਆ ਜਿਹੜੇ ਦਰਜਣ ਦੇ ਉਹ ਕਿਲੋ ਦੇਣ ਦੇ ਜਿਹੜੇ ਕਿਲੋ ਦੇ ਉਹ ਦਰਜਣ ਦੇਣ ਦੇ ਗੱਲ ਸੁਣ ਲੈ ਮੇਰੀ ਆੜੂ ਉਹ ਬਹੁਤ ਫਲ ਵਾ ਜਿਹਦਾ ਨਾਮ ਹੀ ਬਹੁਤ ਮਾੜਾ ਆੜੂ ਓਏ ਆਹੋ ਯਾਰ ਇਹ ਨਾ ਲੈ ਅੰਬ ਲੈ ਤੇ ਤੋਲ ਤੋਲ बाबा लोका तेरे अंब मेनू ना अच्छे बंदा अच्छा लगा तू मेनू आरी झोली आरी झोली पता की कर तेरे को इतने नहीं बिकने अगले चौंक च बेच जाके अच्छा सत अठ महीने हो गए अंब बेचते हैं पर्स कट के लै गई बदतमीजी कर दे घर दस नी गाह करा तू अंब लैना वा क्यों की वजह पैसे बड़े तू चार किलो काम की करता चार किलो अंब दे चार अंब मैं चार किलो की गल की वैसे दिमाग खराब हो लगता है अंब तू चेक मेनू करवा तू आप खाई आने मैं तू रेडी कि रेडी तेरी है अंब कि अंब तेरे खुआ मैं तेन दिया चल जा निकल यार मैं पैसे दे के तेरे को लैने तू कि करना है काम नहीं आया तू प्रौना नहीं आया तेन पहले चेक कराइए पंद्रह मिनट का गया पौना घंटा हो गया यार चल चल कोई अंब नहीं है तनखाई दे दस मिनट तक लड़ना वा सौदा बेचो भाई नहीं तो घर चल जाओ सौदा तो कदों बिक गया वा तो सारे लोग कहते प्लास्टिक के अंब असि तो चेक कट के नहीं खड़ा बंदे मार अंबा सकते दोवे नैश है एक कम नहीं बिकया मैं एक कम करता कट हटो तिया हाथ नहीं मारना ना 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 चल फिर आया